ਭਜਨ ਗਾਇਕ ਕਨਈਆ ਮਿੱਤਲ ਜਲਦ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤਾਂ ਦੱਸ ਦਈਏ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ ਇਸ ਭਜਨ ਦੇ ਨਾਲ ਕਾਫੀ ਜ਼ਿਆਦਾ ਕਨਈਆ ਮਿੱਤਲ ਮਸ਼ਹੂਰ ਹੋਏ ਸੀ ਤੇ ਹੁਣ ਕਨਈਆ ਮਿੱਤਲ ਜਲਦ ਹੀ ਕਾਂਗਰਸ ਦਾ ਪੱਲਾ ਫੜ ਸਕਦੇ ਨੇ ਦੱਸ ਦਈਏ ਕਿ ਪਹਿਲਾਂ ਕਨਈਆ ਮਿੱਤਲ ਦੇ ਵੱਲੋਂ ਬੀਜੇਪੀ ਤੋਂ ਟਿਕਟ ਦੀ ਮੰਗ ਕੀਤੀ ਗਈ ਸੀ ਪਰ ਜਦੋਂ ਬੀਜੇਪੀ ਦੇ ਵੱਲੋਂ ਟਿਕਟ ਨਾ ਦਿੱਤੀ ਗਈ ਤਾਂ ਹੁਣ ਕਨਈਆ ਮਿੱਤਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਸ ਗੱਲ ਦੇ ਖੁਦ ਸੰਕੇਤ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਤਾਂ ਭਜਨ ਗਾਇਕ ਕਨਈਆ ਮਿੱਤਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਕਨਈਆ ਮਿੱਤਲ ਨੇ ਕਾਂਗਰਸ 'ਚ ਸ਼ਾਮਿਲ ਹੋਣ ਦੇ ਖੁਦ ਇਸਦੇ ਸੰਕੇਤ ਦਿੱਤੇ ਨੇ ਮਸ਼ਹੂਰ ਭਜਨ ਗਾਇਕ ਨੇ ਕਨਈਆ ਮਿੱਤਲ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਭਜਨ ਦੇ ਨਾਲ ਕਾਫੀ ਚਰਚਾ ਦੇ ਵਿੱਚ ਆਏ ਸਨ ਲੋਕਾਂ ਵੱਲੋਂ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ ਭਜਨ ਕਾਫੀ ਪਸੰਦ ਕੀਤਾ ਗਿਆ ਸੀ ਭਾਜਪਾ ਵੱਲੋਂ ਵੀ ਇਸ ਭਜਨ ਨੂੰ ਪ੍ਰਚਾਰ 'ਚ ਕਾਫੀ ਵਰਤਿਆ ਗਿਆ ਸੀ ਤਾਂ ਹੁਣ ਕਨਈਆ ਮਿੱਤਲ ਜੋ ਨੇ ਉਹ ਜਲਦ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਦਾਅਵਾ ਕੀਤਾ ਜਾ ਰਿਹਾ ਕਿ ਕਾਂਗਰਸ ਉਹਨਾਂ ਨੂੰ ਕਿਸੇ ਵੀ ਥਾਂ ਤੋਂ ਟਿਕਟ ਦੇ ਸਕਦੀ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਭਜਨ ਗਾਇਕ ਕਨਈਆ ਮਿੱਤਲ ਦੇ ਨਾਲ ਸੰਬੰਧੀ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਨਈਆ ਮਿੱਤਲ ਤੇ ਇਸ ਤੋਂ ਬਾਅਦ ਹੁਣ ਕਨਈਆ ਮਿੱਤਲ ਜਲਦ ਹੀ ਰਾਜਨੀਤੀ ਦੇ ਵਿੱਚ ਵੀ ਪੈਰ ਰੱਖ ਸਕਦੇ ਨੇ ਪਹਿਲਾਂ ਜਿੱਥੇ ਲਗਾਤਾਰ ਕਿਆਸ ਲਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਭਾਜਪਾ ਦੇ ਵੱਲੋਂ ਇਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਪਰ ਜਦੋਂ ਭਾਜਪਾ ਦੇ ਵੱਲੋਂ ਟਿਕਟ ਨਾ ਦਿੱਤੀ ਗਈ ਤਾਂ ਹੁਣ ਭਜਨ ਗਾਇਕ ਕਨਈਆ ਮਿੱਤਲ ਖੁਦ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਸ ਗੱਲ ਦੇ ਸੰਕੇਤ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਜਦੋਂ ਉਹ ਕਾਂਗਰਸ 'ਚ ਸ਼ਾਮਿਲ ਹੁੰਦੇ ਨੇ ਤੇ ਉਹਨਾਂ ਨੂੰ ਕਿਸ ਥਾਂ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਜਿੱਥੇ ਸਟਾਰ ਰੈਸਲਰ ਵਿਨੇਸ਼ ਫੋਗਾਟ ਅਤੇ ਬਜਰੰਗ ਪੁਨੀਆ ਦੇ ਵੱਲੋਂ ਕਾਂਗਰਸ ਜੁਆਇਨ ਕੀਤੀ ਗਈ ਉੱਥੇ ਹੁਣ ਭਜਨ ਗਾਇਕ ਕਨਈਆ ਮਿੱਤਲ ਵੀ ਕਾਂਗਰਸ ਦਾ ਪੱਲਾ ਫੜਦੇ ਨਜ਼ਰ ਆ ਸਕਦੇ ਨੇ।